हेलो स्टूडेंट्स, आज आप 9th ते 10th दे मैथ दा कॉमन टॉपिक नंबर सिस्टम स्टार्ट करन जा रहे हैं। तुहाडे याद होएगा कि छोटियां क्लासां दे विच असी नंबर सिस्टम पढ़ चुके हैं पहले ही। आओ आपां उस नूं दोबारा रिपीट करिए। पुराने जमाने दे विच आदमियां कोले मझां गावां भेड़ां बकरियां होंदियां सी। ਉਹਨਾਂ ਨੂੰ ਉਹਨਾਂ ਦੀ ਕਾਊਂਟਿੰਗ ਕਿਸ ਤਰ੍ਹਾਂ ਕਰਨੀ ਹੈ ਨਹੀਂ ਪਤਾ ਹੁੰਦਾ ਸੀ, ਤਾਂ ਉਹਨਾਂ ਨੇ ਇੱਕ ਸਿਸਟਮ ਕੀ ਡਿਵੈਲਪ ਕੀਤਾ। ਮੰਨ ਲਓ ਕਿਸੇ ਕੋਲ ਇੱਕ ਗਾਂ ਹੈ ਤਾਂ ਉਹ ਸਿੰਗਲ ਲਾਈਨ ਲਗਾ ਦਿੰਦਾ ਸੀ ਉਸ ਦੀ ਕਾਊਂਟਿੰਗ ਕਰਨ ਲਈ। ਕਿਸੇ ਕੋਲ ਦੋ ਗਾਵਾਂ ਹੈ ਤਾਂ ਉਹ ਦੋ ਲਾਈਨਾਂ ਲਗਾ ਦਿੰਦਾ ਸੀ। ਕਿਸੇ ਕੋਲ ਤਿੰਨ ਗਾਵਾਂ ਹੈ ਤਾਂ ਉਹ ਤਿੰਨ ਲਾਈਨਾਂ ਲਗਾ ਦਿੰਦਾ ਸੀ। ਹੁਣ ਦਿੱਕਤ ਇੱਥੇ ਕੀ ਆਈ? ਮੰਨ ਲਓ ਕਿਸੇ ਕੋਲ 100, 150 ਜਾਂ 1000 ਤੱਕ ਮੱਝਾਂ ਗਾਵਾਂ ਹੈ ਤਾਂ ਉਹਨਾਂ ਲਈ ਕਿੰਨੀਆਂ ਲਾਈਨਾਂ ਲਗਾਈਆਂ ਜਾਣ? ਤਾਂ ਇਸ ਮੁਸ਼ਕਿਲ ਦਾ ਹੱਲ ਉਹਨਾਂ ਨੇ ਇਹ ਕੱਢਿਆ, ਕੁਝ ਸਿੰਬਲਸ ਡਿਵੈਲਪ ਕੀਤੇ। ਜਿਸ ਤਰ੍ਹਾਂ ਸਿੰਗਲ ਲਾਈਨ ਦੀ ਜਗ੍ਹਾ 'ਤੇ ਉਹਨਾਂ ਨੇ ਸਿੰਬਲ ਯੂਜ਼ ਕਰਨਾ ਸ਼ੁਰੂ ਕੀਤਾ 1, ਡਬਲ ਲਾਈਨ ਦੀ ਜਗ੍ਹਾ 'ਤੇ ਉਹਨਾਂ ਨੇ ਸਿੰਬਲ ਯੂਜ਼ ਕਰਨਾ ਸ਼ੁਰੂ ਕੀਤਾ ਜੀ 2, ਤਿੰਨ ਲਾਈਨਾਂ ਦੀ ਜਗ੍ਹਾ 'ਤੇ ਯਾਨੀ ਕਿ ਤਿੰਨ ਕੁਆਂਟਿਟੀਜ਼ ਨੂੰ ਕਾਊਂਟ ਕਰਨ ਲਈ ਉਹਨਾਂ ਨੇ ਸਿੰਬਲ ਯੂਜ਼ ਕਰਨਾ ਸ਼ੁਰੂ ਕੀਤਾ 3, ਇਸੇ ਤਰ੍ਹਾਂ 4, 5, 6, 7, 8, 9। ਕਿਸੇ ਕੋਲ ਕੋਈ ਕੁਆਂਟਿਟੀ ਨਹੀਂ ਮਿਲਦੀ ਸੀ ਤਾਂ ਉਸ ਲਈ ਉਹਨਾਂ ਨੇ 0 ਦਾ ਸਿੰਬਲ ਲਿਖਣਾ ਸ਼ੁਰੂ ਕੀਤਾ। ਤੁਸੀਂ ਜਾਣਦੇ ਹੋ ਇਹਨਾਂ ਦਾ ਨਾਮ ਕੀ ਹੈ? ਮੈਥ ਦੇ ਵਿੱਚ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਅਸੀਂ ਇਹਨਾਂ ਨੂੰ ਨਾਮ ਦਿੰਦੇ ਹਾਂ ਜੀ ਡਿਜਿਟਸ। ਇੱਕ ਹੋਰ ਨਾਮ ਹੈ ਇਹਨਾਂ ਦਾ ਡਿਜਿਟਸ ਔਰ ਨਿਊਮਰਲਸ। ਯਾਨੀ ਕਿ ਡਿਜਿਟਸ ਜਾਂ ਨਿਊਮਰਲਸ ਉਹ ਸਿੰਬਲ ਹੈ ਜਿਹੜੇ ਵੱਡੀਆਂ ਸੰਖਿਆਵਾਂ ਦੀ ਫਾਰਮੇਸ਼ਨ ਦੇ ਲਈ ਯੂਜ਼ ਕੀਤੇ ਜਾਂਦੇ ਆ। ਆਓ ਆਪਾਂ ਇਸ ਨੂੰ ਲਿਖ ਦਿੰਦੇ ਹਾਂ, ਸਿੰਬਲਸ ਯੂਜ਼ਡ ਟੂ ਫਾਰਮ ਬਿਗ ਨੰਬਰਸ। ਚਲੋ ਜੀ, ਹੁਣ ਉਹਨਾਂ ਨੇ ਕਾਊਂਟਿੰਗ ਕਰਨ ਦਾ ਹੱਲ ਤਾਂ ਕੱਢ ਲਿਆ, ਕੁਝ ਸਿੰਬਲਸ ਡਿਜਿਟਸ ਯਾਨੀ ਕਿ ਨਿਊਮਰਲਸ ਬਣਾਏ ਜਿਨ੍ਹਾਂ ਦੇ ਨਾਲ ਕਾਊਂਟਿੰਗ ਦੇ ਲਈ ਵੱਡੀਆਂ ਵੱਡੀਆਂ ਨੰਬਰਸ, ਵੱਡੇ ਵੱਡੇ ਸੰਖਿਆਵਾਂ ਲਿਖਣੀਆਂ ਆਸਾਨ ਹੋ ਗਈਆਂ। ਤਾਂ ਹੁਣ ਕਾਊਂਟਿੰਗ ਦੇਖੋ ਜੀ ਉਹਨਾਂ ਨੇ ਕਿਸ ਤਰ੍ਹਾਂ ਸਟਾਰਟ ਕੀਤੀ। ਸਭ ਤੋਂ ਪਹਿਲਾਂ 1, 2, 3, 4, 5, 6। ਆਓ ਆਪਾਂ ਇਸ ਨੂੰ ਇੱਕ ਸੈੱਟ ਫੋਰਮ ਦੇ ਵਿੱਚ ਲਿਖਦੇ ਹਾਂ, ਯਾਨੀ ਕਿ ਕਰਲੀ ਬ੍ਰੈਕਟ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿੰਦੇ ਹਾਂ ਜੀ। ਤਾਂ ਇਹ ਸਾਡੇ ਕਾਊਂਟਿੰਗ ਨੰਬਰਸ ਹੈ, ਯਾਨੀ ਕਿ ਨੰਬਰਸ ਯੂਜ਼ਡ ਫੋਰ ਕਾਊਂਟਿੰਗ। ਤਾਂ ਸਾਡਾ ਇੱਕ ਸੈੱਟ ਬਣ ਗਿਆ ਜੋ 3 ਡੈਸ਼ਿਸ ਦਾ ਅਸੀਂ ਸਿਸਟਮ ਚੱਕਿਆ। ਇਹ ਸਿਸਟਮ ਦੱਸਦਾ ਹੈ ਕਿ ਇਹ ਕਾਊਂਟਿੰਗ ਨੰਬਰਸ ਇੱਥੇ ਰੁਕਣਗੇ ਨਹੀਂ, ਸਗੋਂ ਚੱਲਦੇ ਜਾਣਗੇ। 6 ਤੋਂ ਬਾਅਦ 7, 8, 9, 10 ਅਪ ਟੂ ਸੋ ਔਨ, ਇਹ ਸਿਸਟਮ ਕੰਟੀਨਿਊ ਰਹੇਗਾ। ਯਾਨੀ ਕਿ ਜਿਹੜੇ ਨੰਬਰਸ ਕਾਊਂਟਿੰਗ ਕਰਨ ਦੇ ਲਈ ਯੂਜ਼ ਕੀਤੇ ਗਏ ਤਾਂ ਉਹਨਾਂ ਨੂੰ ਨਾਮ ਦਿੱਤਾ ਗਿਆ ਜੀ ਨੈਚੁਰਲ ਨੰਬਰਸ। ਯਾਨੀ ਕਿ ਇਹ ਸੈੱਟ ਦਾ ਨਾਮ ਰੱਖਿਆ ਗਿਆ ਸੈੱਟ ਆਫ ਨੈਚੁਰਲ ਨੰਬਰਸ, ਨੈਚੁਰਲ ਨੰਬਰਸ, ਔਰ ਇਸ ਨੂੰ ਕੈਪੀਟਲ ਐਨ ਦੇ ਨਾਲ ਡਿਨੋਟ ਕੀਤਾ ਗਿਆ। ਹੁਣ ਹੁੰਦਾ ਕੀ ਸੀ? ਮੰਨ ਲਓ ਮੇਰੇ ਕੋਲ 2 ਚੋਕਲੇਟਸ ਹੈ ਅਤੇ ਮੇਰੇ ਦੋਸਤ ਦੇ ਕੋਲੋਂ ਮੈਨੂੰ 3 ਚੋਕਲੇਟਸ ਹੋਰ ਮਿਲ ਗਈਆਂ, ਤਾਂ ਇਸ ਕੰਡੀਸ਼ਨ 'ਚ ਕੀ ਹੋ ਰਿਹਾ? ਮੇਰੇ ਕੋਲ ਚੋਕਲੇਟਸ ਦੀ ਮਾਤਰਾ ਕੁਆਂਟਿਟੀ ਵੱਧ ਰਹੀ ਹੈ। ਤਾਂ ਅਸੀਂ ਇਹਦੇ ਉੱਤੇ 4 ਬੇਸਿਕ ਅਲਜਬਰਿਕ ਆਪਰੇਸ਼ਨ ਲਗਾਏ, ਅਲਜਬਰਿਕ ਆਪਰੇਸ਼ਨਸ, ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਐਂਡ ਡਿਵੀਜ਼ਨ। ਤਾਂ ਹੁਣ ਹੋਇਆ ਕੀ? ਮੇਰੇ ਕੋਲ 2 ਚੋਕਲੇਟਸ ਹੈ, 3 ਚੋਕਲੇਟਸ ਮੈਨੂੰ ਹੋਰ ਆ ਗਈਆਂ। ਮੈਂ ਪਹਿਲਾ ਆਪਰੇਸ਼ਨ ਲਗਾਇਆ ਐਡੀਸ਼ਨ ਦਾ, ਤਾਂ ਮੇਰਾ ਆਂਸਰ ਆਇਆ ਜੀ 5। ਕੀ 5 ਮੈਨੂੰ ਇਸ ਸੈੱਟ ਦੇ ਵਿੱਚ ਮਿਲ ਰਿਹਾ? ਬਿਲਕੁਲ ਠੀਕ ਹੈ ਜੀ, ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਮੈਂ ਦੂਸਰਾ ਆਪਰੇਸ਼ਨ ਲਗਾਇਆ ਜੀ ਸਬਟ੍ਰੈਕਸ਼ਨ ਦਾ, 3-2, 1 ਮੈਨੂੰ ਇਸ ਸਿਸਟਮ 'ਚ ਮਿਲ ਰਿਹਾ? ਬਿਲਕੁਲ ਠੀਕ ਹੈ ਜੀ, ਮਿਲ ਰਿਹਾ।
ਬਿਲਕੁਲ ਤਿੰਨ ਚੋਕਲੇਟ ਸੀ, ਵਿੱਚੋਂ ਦੋ ਮੈਂ ਖਾ ਗਿਆ, ਪਿੱਛੇ ਸਿਰਫ ਇੱਕ ਚੋਕਲੇਟ ਬਚੀ, ਯਾਨੀ ਕਿ ਉਹ ਵੀ ਮੇਰੇ ਇਸ ਕਾਊਂਟਿੰਗ ਨੰਬਰਸ ਦੇ ਵਿੱਚ ਆ ਰਹੀ ਹੈ। ਪਰ ਮੰਨ ਲਵੋ ਮੇਰੇ ਕੋਲ ਦੋ ਚੋਕਲੇਟ ਹੈ ਅਤੇ ਦੋ ਦੀਆਂ ਦੋ ਹੀ ਮੈਂ ਖਾ ਗਿਆ, ਤਾਂ ਮੇਰੇ ਕੋਲ ਪਿੱਛੇ ਕਿੰਨੀਆਂ ਚੋਕਲੇਟਸ ਬਚੀਆਂ? ਜ਼ੀਰੋ। ਯਾਨੀ ਕਿ ਕੁਛ ਇੱਦਾਂ ਦੀ ਕੁਆਂਟਿਟੀ ਬਚੀ ਹੈ ਜਿਹੜੀ ਮੇਰੇ ਇਸ ਨੰਬਰ ਸਿਸਟਮ ਵਿੱਚ ਨਹੀਂ ਆ ਰਹੀ, ਤਾਂ ਇਹਦਾ ਮਤਲਬ ਕੀ ਹੋਇਆ? ਮੇਰਾ ਇਹ ਨੰਬਰ ਸਿਸਟਮ ਛੋਟਾ ਰਹਿ ਚੁੱਕਿਆ। ਤਾਂ ਜ਼ੀਰੋ ਨੂੰ ਇਹਨਾਂ ਦੇ ਵਿੱਚ ਕਲੱਬ ਕਰਕੇ ਮੈਨੂੰ ਇੱਕ ਨਵਾਂ ਨੰਬਰ ਸਿਸਟਮ ਬਣਾਉਣਾ ਪਿਆ, ਜਿਹਦਾ ਨਾਮ ਰੱਖਿਆ ਗਿਆ ਜੀ ਹੋਲ ਨੰਬਰਸ। ਇਹਨਾਂ ਨੂੰ ਇੰਗਲਿਸ਼ ਦੇ ਕੈਪੀਟਲ ਲੈਟਰ W ਦੇ ਨਾਲ ਡਿਨੋਟ ਕੀਤਾ ਗਿਆ ਜੀ। ਯਾਦ ਰੱਖੋ, ਨੈਚੁਰਲ ਨੰਬਰ ਲਈ ਕੈਪੀਟਲ N, ਹੋਲ ਨੰਬਰਸ ਲਈ ਕੈਪੀਟਲ W ਸਿੰਬਲ ਯੂਜ਼ ਕੀਤਾ ਗਿਆ। ਤਾਂ ਹੁਣ ਥੋੜ੍ਹਾ ਜਿਹਾ ਧਿਆਨ ਦਿਓ, ਨੈਚੁਰਲ ਨੰਬਰ ਸਾਰੇ ਆਲਰੇਡੀ ਹੋਲ ਨੰਬਰ ਦੇ ਸੈੱਟ ਦੇ ਵਿੱਚ ਇਨਕਲੂਡਿਡ ਹੈ, ਸਿਰਫ ਜ਼ੀਰੋ ਐਕਸਟਰਾ ਆਈ ਹੈ। ਇਹਦਾ ਮਤਲਬ ਸਾਰੇ ਦੇ ਸਾਰੇ ਨੈਚੁਰਲ ਨੰਬਰਸ ਦੇ ਵਿੱਚ ਜੇ ਜ਼ੀਰੋ ਇਨਕਲੂਡ ਕਰ ਲਈ ਜਾਵੇ ਤਾਂ ਮੇਰੇ ਕੋਲ ਇਹ ਸੈੱਟ ਆਫ ਹੋਲ ਨੰਬਰਸ ਮਿਲ ਜਾਂਦਾ। ਯਾਨੀ ਕਿ ਹੋਲ ਨੰਬਰ ਦਾ ਸੈੱਟ ਨੈਚੁਰਲ ਨੰਬਰ ਤੋਂ ਥੋੜ੍ਹਾ ਵੱਡਾ ਹੈ, ਕਿਉਂਕਿ ਇਸ ਦੇ ਵਿੱਚ ਇੱਕ ਮੈਂਬਰ ਜ਼ੀਰੋ ਐਕਸਟਰਾ ਆ ਚੁੱਕੀ ਹੈ। ਆਓ ਹੁਣ ਆਪਾਂ ਅਗਲਾ ਓਪਰੇਸ਼ਨ ਅਡੋਪਟ ਕਰਦੇ ਹਾਂ ਜੀ। 4-4 ਜ਼ੀਰੋ ਇਸ ਸਿਸਟਮ ਦੇ ਵਿੱਚ ਮਿਲ ਚੁੱਕਿਆ ਜੀ। 5-3 2 ਉਹ ਵੀ ਇਸ ਸਿਸਟਮ ਦੇ ਵਿੱਚ ਮਿਲ ਚੁੱਕਿਆ ਹੈ। ਅੱਛਾ, ਕਿ 3-5 ਇਹ ਸਿਸਟਮ ਦੇ ਵਿੱਚ ਮਿਲੇਗਾ? ਆਓ ਦੇਖੀਏ, ਦੋਨਾਂ ਦੇ ਸਾਈਨ ਅਲੱਗ ਅਲੱਗ ਹੈ, ਇਹ ਨੈਗੇਟਿਵ ਪੋਜ਼ਿਟਿਵ, ਤਾਂ ਨੁਮੈਰੀਕਲੀ ਸਾਈਨ ਅਲੱਗ ਅਲੱਗ ਹੋਣ ਕਰਕੇ ਨੁਮੈਰੀਕਲੀ ਵੱਡੇ 'ਚੋਂ ਨੁਮੈਰੀਕਲੀ ਛੋਟਾ ਮਾਈਨਸ ਕੀਤਾ ਜਾਵੇ ਜੀ। 5-3 2 ਔਰ ਸਾਈਨ ਨੁਮੈਰੀਕਲੀ ਵੱਡੇ ਵਾਲਾ, ਯਾਨੀ ਕਿ 5 ਦਾ ਸਾਈਨ ਕੀ ਹੈ ਜੀ? ਮਾਈਨਸ ਦਾ। ਕੀ ਹੁਣ -2 ਮੈਨੂੰ ਇਸ ਸਿਸਟਮ ਦੇ ਵਿੱਚ ਪ੍ਰਾਪਤ ਹੋ ਰਿਹਾ? ਨਹੀਂ ਮਿਲ ਰਿਹਾ। ਕਿਉਂ? ਕਾਰਨ ਕੀ ਹੈ? ਮੰਨ ਲਓ ਮੇਰੇ ਕੋਲ 3 ਰੁਪਏ ਹੈ ਅਤੇ ਮੈਂ ਚੋਕਲੇਟ ਖਾਣੀ ਚਾਹੁੰਦਾ 5 ਰੁਪਏ ਵਾਲੀ, ਉਹਦੀ ਕੋਸਟ 5 ਰੁਪਏ ਹੈ, ਤਾਂ ਹੋਇਆ ਕੀ? ਮੇਰੇ ਕੋਲ 2 ਰੁਪਏ ਘੱਟ ਰਹੇ ਹੈ, ਯਾਨੀ ਕਿ ₹2 ਮੇਰੇ ਕੋਲ ਨੈਗੇਟਿਵ ਕੁਆਂਟਿਟੀ ਸ਼ੋਅ ਹੋ ਰਹੀ ਹੈ। ਤਾਂ ਨੈਗੇਟਿਵ ਕੁਆਂਟਿਟੀ ਤਾਂ ਸਾਡਾ ਇਹ ਸਿਸਟਮ ਚੁੱਪ ਹੈ, ਤਾਂ ਇਹਦਾ ਮਤਲਬ ਸਾਨੂੰ ਇੱਕ ਹੋਰ ਵੱਡੇ ਨੰਬਰ ਸਿਸਟਮ ਦੀ ਲੋੜ ਪਈ ਜਿਹਦੇ ਵਿੱਚ ਨੈਗੇਟਿਵ ਨੰਬਰਸ ਵੀ ਆ ਜਾਣ। ਤਾਂ ਫਿਰ ਕੀ ਕੀਤਾ ਗਿਆ ਜੀ? ਸੈੱਟ ਆਫ ਹੋਲ ਨੰਬਰ ਲੈ ਕੇ ਉਸ ਦੇ ਵਿੱਚ ਸਾਰੇ ਨੈਗੇਟਿਵ ਨੰਬਰ ਇਨਕਲੂਡ ਕਰ ਲਏ ਗਏ। ਦੇਖੋ ਜੀ, 0 ਦੀ ਲੈਫਟ ਸਾਈਡ 'ਤੇ ਪਹਿਲਾਂ -1, -2, ਫਿਰ -3, ਫਿਰ -4, ਫਿਰ -5, ਅਪ ਟੂ ਸੋ ਔਨ। ਤਾਂ ਮੈਨੂੰ ਕੀ ਮਿਲਿਆ ਜੀ? ਸੈੱਟ ਆਫ ਇੰਟੀਜ਼ਰਸ ਮਿਲ ਗਿਆ ਜੀ। ਇਹਨਾਂ ਨੂੰ ਕੈਪੀਟਲ ਆਏ ਜਾਂ ਕੈਪੀਟਲ ਜ਼ੈਡ ਦੇ ਨਾਲ ਡਿਨੋਟ ਕੀਤਾ ਜਾਂਦਾ। ਤੁਹਾਡੇ ਯਾਦ ਹੋਏਗਾ, ਤੁਸੀਂ 7th ਕਲਾਸ ਔਰ 6th ਕਲਾਸ ਦੇ ਵਿੱਚ ਇੰਟੀਜ਼ਰ ਨੂੰ ਕਿਸੇ ਚੀਜ਼ ਦੇ ਉੱਤੇ ਪਲੋਟ ਕਰ ਚੁੱਕੇ ਹੋ। ਯਾਦ ਹੈ ਤੁਹਾਡੀ? ਬਿਲਕੁਲ ਸਹੀ ਕਹਿ ਰਹੇ ਹੋ ਜੀ, ਤੁਹਾਡੇ ਯਾਦ ਹੈ। ਤੁਸੀਂ ਉਸ ਵਕਤ ਇੱਕ ਲਾਈਨ ਲਈ ਸੀ, ਸਟ੍ਰੇਟ ਲਾਈਨ, ਉਸ ਦੇ ਉੱਪਰ ਕਿਤੇ ਵੀ ਸਿੰਬਲ 0 ਲਿਆ ਸੀ। 0 ਦੀ ਰਾਈਟ ਸਾਈਡ 'ਤੇ ਪੋਜ਼ਿਟਿਵ ਕੁਆਂਟਿਟੀਜ਼ 1, 2, 3 ਅਪ ਟੂ ਸੋ ਔਨ ਇਨਫਿਨਿਟੀ ਤੱਕ। 0 ਦੀ ਲੈਫਟ ਸਾਈਡ 'ਤੇ -1, -2, -3 ਅਪ ਟੂ ਸੋ ਔਨ ਮਾਈਨਸ ਇਨਫਿਨਿਟੀ ਤੱਕ ਲਏ ਗਏ ਸੀ। ਤੁਹਾਨੂੰ ਯਾਦ ਹੈ ਇਸ ਦਾ ਨੰਬਰ, ਇਸ ਲਾਈਨ ਦਾ ਨਾਮ ਕੀ ਸੀ? ਇਸ ਲਾਈਨ ਦਾ ਨਾਮ ਸੀਗਾ ਜੀ ਨੰਬਰ ਲਾਈਨ। ਹੁਣ ਇਹ ਨੰਬਰ ਲਾਈਨ ਬਾਰੇ ਦੇਖੋ ਖਾਸ ਗੱਲ ਕੀ ਹੈ, ਸਾਰੀ ਨੰਬਰ ਲਾਈਨ ਨੂੰ ਅਸੀਂ 3 ਹਿੱਸਿਆਂ ਵਿੱਚ ਵੰਡਿਆ, 3 ਪਾਰਟਸ ਡਿਵਾਈਡ ਕੀਤਾ ਗਿਆ ਜੀ। ਇੱਥੇ ਸਭ ਤੋਂ ਪਹਿਲਾਂ 0 ਯਾਨੀ ਕਿ ਨਿਊਟਰਲ ਨੰਬਰ, 0 ਦੀ ਰਾਈਟ ਸਾਈਡ 'ਤੇ ਸਾਰੇ ਪੋਜ਼ਿਟਿਵ ਵੈਲਿਊਜ਼ ਆ, ਇਹਨਾਂ ਨੂੰ ਪੋਜ਼ਿਟਿਵ ਇੰਟੀਜ਼ਰ ਵੀ ਬੋਲ ਦਿੰਦੇ ਆ ਜੀ, ਪੋਜ਼ਿਟਿਵ ਇੰਟੀਜ਼ਰਸ। ਸ਼ਾਰਟਕੱਟ ਨਾਮ ਆਈ ਦੇ ਉੱਪਰ ਅਸੀਂ ਛੋਟਾ ਜਿਹਾ ਪੋਜ਼ਿਟਿਵ ਦਾ ਸਾਈਨ ਪਾ ਦਿੰਦੇ ਹਾਂ ਜੀ, ਔਰ ਤੁਹਾਨੂੰ ਹੈਰਾਨੀ ਹੋਏਗੀ ਦੇਖ ਕੇ, ਤੁਸੀਂ ਇਹ ਸਾਰੇ ਪੋਜ਼ਿਟਿਵ ਇੰਟੀਜ਼ਰ ਇਹਨਾਂ ਵਿੱਚੋਂ ਕਿਸੇ ਸੈੱਟ ਦੇ ਵਿੱਚ ਦੇਖ ਚੁੱਕੇ ਹੋ। 1, 2, 3 ਅਪ ਟੂ ਸੋ ਔਨ ਆ ਪਿਆ ਜੀ ਨੈਚੁਰਲ ਨੰਬਰ ਦਾ ਸੈੱਟ, ਯਾਨੀ ਕਿ ਪੋਜ਼ਿਟਿਵ ਇੰਟੀਜ਼ਰਸ ਅਤੇ ਨੈਚੁਰਲ ਨੰਬਰਸ ਸੇਮ ਥਿੰਗ। ਉਸ ਤੋਂ ਬਾਅਦ 0 ਦੀ ਲੈਫਟ ਸਾਈਡ ਦੇ ਉੱਤੇ ਨੈਗੇਟਿਵ ਇੰਟੀਜ਼ਰਸ ਹੈ ਜੀ, ਸਾਰੇ ਨੈਗੇਟਿਵ ਨੰਬਰਸ।
पॉजिटिव नंबर्स ते नेगेटिव नंबर्स। चलो मैं पूरा लिख देना जी, इतने नेगेटिव नंबर्स इन्हों आई दे उत्ते छोटा जा माइनस का साइन पा के डिनोट कर देने। हुण तुहानूं एक इहदी बड़ी खास गल याद होएगी कि नंबर लाइन दे उत्ते लैफ्ट हैंड साइड उत्ते कोई भी नंबर लो, नंबर ऑन लैफ्ट हैंड साइड ये हमेशा लैस दैन हुंदा, छोटा हुंदा, किस तो नंबर ऑन राइट हैंड साइड। फॉर एग्जाम्पल जिस तरह माइनस का थ्री है ये हमेशा अपने राइट वाले हिस्से यानी कि माइनस टू तो छोटा सी। इस तरीके नाल देखो जी जीरो अपने राइट वाले हिस्से वन तो छोटा, तो इस करके असी एक रिजल्ट कैलकुलेट करते हैं जी, रिजल्ट कढ़ते हैं इतों कि कोई भी नैगेटिव नंबर है ये लैस दैन होएगा जीरो तो, ते जीरो लैस दैन होएगी पॉजिटिव नंबर तो। ये सीगा जी साडा नंबर लाइन का कंसैप्ट। न्यूट्रल नंबर यानी कि जीरो ओ नंबर है विच इज़ नाइदर पॉजिटिव नॉर नैगेटिव, ना नैगेटिव काउंट हुंदा है और ना पॉजिटिव दे विच। वैसे भी तुहाडे याद होएगा जदों तुसी स्कूटर या मोटरसाइकिल सिख्या होएगा तुहाडे पापा ने तुहानू कहा होएगा कि पहला न्यूट्रल करो यानी कि गियर ना उपर ना नीचे न्यूट्रल कंडीशन दे विच लिया के रखना, यानी कि जीरो ओ नंबर है जो ना पॉजिटिव क्वांटिटी चाहेगा ना नैगेटिव क्वांटिटी। लो जी तुसी यदा एक बार स्क्रीनशॉट ले लवो फिर आप अगे वधदे हाँ। हाँ जी हुण असी नंबर लाइन का कंसैप्ट स्टडी कर लिया। सब तो पहला असी नैचुरल नंबर का सैट पढ़िया, जीरो इनकलूड करके होल नंबर का सैट मिलिया, फिर उस दे विच सारे नैगेटिव नंबरस इनकलूड करके सानू इंटीजर्स का सैट प्राप्त हो गया। लो जी ता इंटीजर्स का सैट सानू मिलिया जी जीरो दी राइट साइड वन टू थ्री फोर अप टू सो ऑन कंटीन्यूसली जिन्नी मर्जी वड्डी पॉजिटिव वैल्यू तक जाओ, जीरो दी लेफ्ट साइड माइनस वन माइनस टू माइनस थ्री माइनस फोर अप टू सो ऑन जिन्ना मर्जी छोटी नैगेटिव वैल्यू वल जाओ। अच्छा आप इस इंटीजर दे सैट नू एक होर तरीके नाल भी लिख सकते हैं, जीरो प्लस माइनस वन प्लस माइनस टू प्लस माइनस थ्री प्लस माइनस फोर अप टू सो ऑन। हुण आपां इन्हां दे उत्ते अलजबरिक ऑपरेशंस लगाने हैं जिस तरह फोर प्लस थ्री आंसर है जी सैवन, इस सैट च मौजूद है। फोर माइनस थ्री फोर पॉजिटिव थ्री नैगेटिव, तो न्यूमेरिकली वड्डे चो न्यूमेरिकली छोटा सबट्रैक्ट करो जी। न्यूमेरिकली का मतलब होंदा विदाउट साइन, यानी कि किसी भी नंबर की न्यूमेरिकल वैल्यू विदाउट साइन यानी कि उसकी एब्सोल्यूट वैल्यू होंदी है। फोर ते थ्री चो फोर वड्डा है तो फोर चो थ्री सबट्रैक्ट करके आ गया जी वन, साइन न्यूमेरिकली वड्डे यानी कि फोर वाला प्लस वाला साइन, ये भी साडा सैट दे विच मौजूद है जी प्लस का वन। पर जे मैं थ्री माइनस फाइव करदा तो फाइव माइनस थ्री टू, साइन न्यूमेरिकली वड्डे वाला माइनस टू, ये भी मेरा इस सैट च मौजूद है। यानी कि एडिशन दे अलजबरिक ऑपरेशन लई ते सबट्रैक्शन दे लई मेरिया प्रॉपर्टीज़ होल्ड कर रही हैं। आओ हुण अगला ऑपरेशन ट्राई करते हैं जी, फोर इंटू माइनस थ्री, फोर थ्री ज़ा ट्वेल्व प्लस इंटू माइनस 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 का ट्वेल्व भी इस सैट च मेरे को मौजूद है। चलो हुण अगला ऑपरेशन डिवीज़न का असी अप्लाई करते हैं जी। फॉर एग्जाम्पल फोर डिवाइडिड बाई टू, कॉमन टेबल टू तो जा रहा जी, कट के आ जाना जी टू वन ज़ा टू, टू टू ज़ा फोर, टू अपॉन वन या टू, ये भी साडा इस मौजूद है। पर साडे दिमाग च क्वेश्चन आएगा कि फोर नू टू ते डिवाइड किया
की होएगा जे असी उल्टा डिवाइड करिए, यानी कि टू छोटी क्वांटिटी उपर ते वड्डी क्वांटिटी फोर नीचे, डिवीजन तो असी कर लांगे, टू वन जा टू, टू टू जा फोर, पर साडा आंसर आएगा वन बाय टू। और डेली लाइफ के साढ़े को बड़िया इदा दिशन आदि है, फॉर एग्जाम्पल थ्री अपॉन फोर, सैवन अपॉन एट, एटसैक्ट्रा इदा दियाँ। हुण देखो आप यूज़ कित्थे करते हैं। मैं एक पीज़ा ऑर्डर किया जी, शॉपकीपर ने पीज़े दे छे टुकड़े करके मैनू फड़ाते, उन्हां चों मैं दो टुकड़े खा ले, यानी कि मैं किन्ना हिस्सा उहदा खा चुकिया, टोटल सिक्स पीसिस विचों टू पीसिस मैं ऐड कर ले, उहदा टू सिक्स्थ और वन थर्ड पार्ट मैं खा चुका। की ये वन थर्ड की क्वांटिटी ए शो की गई है? बिल्कुल नहीं की गई। साडा तो यह नंबर सिस्टम जवाब ही दे गया कि मेरे को अपॉन वाली नंबरस लिए कोई सिस्टम ही है नहीं, तो सानू एक होर नवे सिस्टम नू इंट्रोड्यूस करना पिया जिदे विच सानू फ्रैक्शनस की लोड़ पई। फ्रैक्शनस, फ्रैक्शन यानी कि किसी साबत वड्डी चीज़ का, किसी होल चीज़ का एक छोटा जा टुकड़ा, यानी कि मैं कह सकता फ्रैक्शन इज अ पार्ट ऑफ होल। हुण तुसी थोड़ा जा ध्यान दिओ, तो एक फ्रैक्शन नूं असी इस तरह लिखते हैं, फ्रैक्शन इज इक्वल टू कोई भी अपॉन वाली क्वांटिटी जिस दे विच न्यूमीरेटर अपॉन डिनोमीनेटर साडे कोले दो चीज़ां आ रही अगे। हुण नोट करो, फ्रैक्शन की एक पछाण है कि इस का जिहड़ा न्यूमीरेटर ते डिनोमीनेटर दोनों वैल्यूज हमेशा नैचुरल नंबर होंदी है, आलवेज अ नैचुरल नंबर। मान लो बेटा मैं पीज़े दे दो टुकड़े खाना चाहना, पर मेरी जेब दे विच मान लो अज पैसे है नहीं, तो मैं की कहांगा दुकानदार नूं, कहांगा पॉकेट मनी मैनूं कल मिलेगी, सो तुसी या तो क्रेडिट कार्ड का ऑप्शन है मेरे को, या मैनूं तुसी उधार दे दिओ, तो दुकानदार तो मैं चीज़ लै सकदा, या अपने भरा कोलों मैं चीज़ मंग के लै सकदा, अज कल उहनूं वापस कर देवांगा। यानी कि एक क्वांटिटी टू अपॉन सैवन या वन अपॉन थ्री मैं उधार लेनी है, उन्हें वापस करांगा, यानी कि मेरे को कल क्वांटिटी नैगेटिव होएगी, तो माइनस टू अपॉन सैवन तो माइनस वन अपॉन थ्री इस सिस्टम दे विच कवरअप नहीं हो रही, ये सिस्टम सिर्फ नैचुरल नंबर नू कवरअप कर रहा, उन्होंने डिवीजन नू कवरअप कर रहा है, तो माइनस टू अपॉन सैवन तो माइनस वन अपॉन थ्री नू ए सिस्टम भी कवर नहीं कर रहा, होर तो होर जीरो नू भी नहीं कवर कर रहा, तो हुण की करिए, साडा ये सिस्टम भी छोटा पै गया, तो सानू एक नवे सिस्टम की लोड़ पई, एक नवा नंबर सिस्टम जिदे विच असी वो सारिया क्वांटिटीज़ जिहड़ियां नैगेटिव वैल्यूज़ वालियाँ इनकलूड करांगे, तो सानू एक नवा सिस्टम इंट्रोड्यूस करवाया गया जी, सैट ऑफ रैशनल नंबर। कैपीटल क्यू दे नाल इसनू डिनोट किया जाता जी, सैट ऑफ रैशनल नंबर। देखो आपां इसकी डेफिनेशन लिखन लगे हाँ जी, वो सारे नंबर जिहड़े P अपॉन क्यू की फॉर्म च लिखे जा सकते हैं, वेयर डिनोमीनेटर इज नॉट इक्वल टू जीरो, यानी कि जीरो नाल डिवीजन नहीं की जा सकती, तो न्यूमीरेटर तो डिनोमीनेटर कोई मर्जी इंटीजर हो सकता है, P एंड Q आर एनी इंटीजर्स। ये डेफिनेशन तुसी हैरान होंगे, सैवंथ क्लास भी करके आए सी, बस एक छोटा जा फर्क सामने होर आ रहा है सैवंथ क्लास नालों, कि पी अपॉन क्यू की जिहड़ी फॉर्म है उहदा न्यूमीरेटर ते डिनोमीनेटर उन्हां दोनों का एच सी एफ पी ते क्यू का वन होना चाहिए जी। तो हुण असी ए वाली डेफिनेशन इनकलूड करांगे जी, यानी कि रैशनल नंबर सिस्टम दे विच असी सारे नंबर कवर कर ले जिन्हों का न्यूमीरेटर ते डिनोमीनेटर
कोई भी इंटीजर हो सकता है, यानी कि सारे यहाँ चो कोई भी नेगेटिव नंबर हो सकता है, पर शर्त की है जी कि उन्हों का एच सी एफ पी ते क्यू दा वन होना चाहिए। एच सी एफ पी ते क्यू दा वन है, इसनों इस तरह भी किया जा सकता है और पी एंड क्यू आर को प्राइम। कोई भी दो नंबर जिन्हों का हाईएस्ट कॉमन फैक्टर वन हो दैट आर कॉल्ड को प्राइम नंबरस। लो जी साड़ी डेफिनेशन रैशनल नंबर की तैयार हो चुकी है। हुण तुहाडे माइंड दे विच एक प्रश्न होएगा कि सैवंथ क्लास की डेफिनेशन नाल नहीं सर सकता सी, तुसीं बिल्कुल सही सोच रहे हो। कारण की है देखो, टू अपॉन फोर, थ्री अपॉन सिक्स, फोर अपॉन एट, इन्हां सारयां दी डिवीजन तो बाद वैल्यू वन ओवर टू दे इक्वल रह जांदी है जी। इन्हां सारयां दी वैल्यू इक्वल टू वन ओवर टू, इहदा मतलब ये सारे सेम रैशनल नंबर वन ओवर टू नू एक्सप्रैस कर रही है। तो रैशनल नंबर सिस्टम च इस तरह के नंबरस नू कहा जाता है जी इक्विवेलेंट, दीज आर इक्विवेलेंट रैशनल नंबरस। चलो वो काफ़ी डीपली पहुँच जाना जी सैवन क्लास वापस। इस करके वो कहें जब टू अपॉन फोर, थ्री अपॉन सिक्स, फोर बाय एट सेम रैशनल नंबर नू ही रीप्रजेंट कर रहे हैं, तो क्यों ना आपां ये कंडीशन अप्लाई कर लिए भी एच सी एफ पी ते क्यू दा वन ले लो, यानी कि जस्ट बार बार इन्हां नू लिखण दी जगह ते वन बाय टू लिख लो। हुण रैशनल नंबरस दीआं एग्जाम्पल्स देखो जी। फॉर एग्जाम्पल जीरो रैशनल नंबर है, क्योंकि जीरो नू मैं लिख सकदा जीरो अपॉन वन। मान लो तुहाडा क्लास का रोल नंबर है जी सैवन, वो भी रैशनल नंबर है क्योंकि मैं सैवन नू लिख सकदा सैवन अपॉन वन। माइनस थ्री अपॉन टू, माइनस सैवनटीन अपॉन माइनस एटीन, थ्री अपॉन माइनस नाइनटीन, ये सारे रैशनल नंबर दीआं एग्जाम्पल्स है, यानी कि सानू सैट ऑफ इंटीजर तो भी एक वड्डा नंबर सिस्टम मिल गया जी, जिदे विच पी अपॉन क्यू फॉर्म के नंबर भी अवेलेबल है, उन्हों बोलते हैं जी सैट ऑफ रैशनल नंबरस। हुण तुसी एदा स्क्रीनशॉट ले लो जी एक मिनट के लिए, फिर आप आगे कंटिन्यू करते हैं। हाँ जी, असी देखिया कि नैचुरल नंबर दे सैट तो वड्डा होल नंबरस का सैट है। होल नंबरस दे सैट दे विच नैगेटिव नंबरस इनकलूड करके सानू सैट ऑफ इंटीजर थोड़ा होर वड्डा सैट मिल गया। उन्हां दे विच सारे अपॉन वाले पी अपॉन क्यू, यानी कि न्यूमीरेटर अपॉन डिनोमीनेटर दी फॉर्म वाले सारे नंबर, वेयर पी एंड क्यू आर इंटीजर्स, क्यू नॉन जीरो एंड एच सी एफ ऑफ पी एंड क्यू इज़ वन, यानी कि अपॉन वाले सारे नंबर इनकलूड करके सानू बहुत वड्डा सैट सैट ऑफ रैशनल नंबर का मिल गया। हुण तुहाडे माइंड च एक क्वेश्चन होएगा कि सब तो वड्डा सैट रैशनल नंबर का सैट हुंदा है, तुसीं बिल्कुल सही सोच रहे हो। सब तो वड्डा रैशनल नंबर का सैट नहीं हुंदा, इस तो भी एक सैट वड्डा हुंदा है, आओ आपां उस बारे जानदे आ। कई बार की हुंदा है कुछ नंबरस रैशनल नंबर दे सिस्टम च कवर नहीं हुंदी, तां जिहड़े नंबर रैशनल नंबर दे सिस्टम च कवर ना होण उन्हां दा नाम, उस सैट दा नाम हुंदा जी सैट ऑफ इररैशनल नंबर। जी हाँ, सैट ऑफ इररैशनल नंबरस। देखो जी, असी क्यू लई क्यू सिंबल किस लई यूज़ किया सी, रैशनल नंबर दे सैट लई, रैशनल नंबरस, तां इसलिए असी क्यू दा कॉम्प्लीमेंट यूज़ कर सकते हैं, क्यू डैश नहीं क्यू कॉम्प्लीमेंट, यानी कि जेड़े भी सानू अज तक नंबर मिले है या तो वह रैशनल नंबर होणगे या वह इररैशनल नंबर होणगे। हुण इररैशनल नंबर की एग्जाम्पल देखो जी, जिस तरह किसी भी प्राइम नंबर का स्क्वेयर रूट हो गया जी अंडर रूट थ्री, अंडर रूट नाइनटीन, इस तरह पाई, ये सारे इररैशनल नंबर है। वैसे इन्हां दी पछाण आइडेंटिफिकेशन लई तुहानू डेसिमल सिस्टम समझना पेगा, उहदा लैक्चर इस तो बाद मैं लगाना है। तो हुण असी पहुँच गए रैशनल नंबरस ते इररैशनल नंबर दे सिस्टम च। जदों इन्हां दोनों नू इनकलूड करके एक सिंगल सैट दे विच कन्वर्ट कर लिया जांदा है, तो
ਤਾਂ ਉਸ ਨੂੰ ਬੋਲਿਆ ਜਾਂਦਾ ਜੀ ਸੈੱਟ ਆਫ ਰੀਅਲ ਨੰਬਰਸ, ਸੈੱਟ ਆਫ ਰੀਅਲ ਨੰਬਰਸ। ਇਸ ਨੂੰ ਅਸੀਂ ਇੰਗਲਿਸ਼ ਦੇ ਕੈਪੀਟਲ ਆਰ ਦੇ ਨਾਲ ਸ਼ੋਅ ਕਰਦੇ ਹਾਂ ਜੀ, ਸੈੱਟ ਆਫ ਰੀਅਲ ਨੰਬਰਸ, ਯਾਨੀ ਕਿ ਰੈਸ਼ਨਲ ਨੰਬਰਸ ਅਤੇ ਇਰਰੈਸ਼ਨਲ ਨੰਬਰ ਦਾ ਜੁਆਇੰਟ ਕਰਕੇ ਸਾਨੂੰ ਸੈੱਟ ਆਫ ਰੀਅਲ ਨੰਬਰਸ ਮਿਲ ਗਿਆ। ਤੁਹਾਨੂੰ ਅੱਜ ਤੱਕ ਦੇ ਜੋ ਵੀ ਨੰਬਰ ਮਿਲੇ ਹੈ, ਜਿਸ ਤਰ੍ਹਾਂ ਮਾਈਨਸ 7, 3 ਅਪੋਨ 7, 0, 27 ਅਪੋਨ 1, ਸਕੇਅਰ ਰੂਟ ਆਫ 19, 7 ਦੀ ਪਾਵਰ 3/4, ਪਾਈ, ਇਹ ਸਾਰੇ ਕੀ ਹੈ ਜੀ, ਇਹ ਰੀਅਲ ਨੰਬਰਸ ਦੀ ਇਗਜ਼ਾਮਪਲ ਹੈ। ਯਾਨੀ ਕਿ ਸਾਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਨੰਬਰ ਸਿਸਟਮ ਪਤਾ ਲੱਗ ਗਿਆ ਰੀਅਲ ਨੰਬਰਸ। ਵੈਸੇ ਹਾਇਰ ਕਲਾਸਿਸ ਤੁਸੀਂ ਰੀਅਲ ਨੰਬਰ ਤੋਂ ਵੀ ਵੱਡੇ ਸਿਸਟਮ ਵੱਲ ਜਾਓਗੇ, ਕੰਪਲੈਕਸ ਨੰਬਰ ਸਿਸਟਮ 'ਚ, ਉਹ ਸਾਡੇ ਸਿਲੇਬਸ ਤੋਂ ਬਾਹਰ ਹੈ। ਫਿਲਹਾਲ ਆਪਾਂ ਰੀਅਲ ਨੰਬਰ ਸਿਸਟਮ ਤੱਕ ਹੀ ਪਹੁੰਚਦੇ ਹਾਂ। ਹੁਣ ਤੁਹਾਡੇ 'ਚੋਂ ਕਈ ਬੱਚਿਆਂ ਦੇ ਮਨ 'ਚ ਆਇਆ ਹੋਏਗਾ ਕਿ ਮੈਂ ਇੱਥੇ ਗੱਲ ਕੀਤੀ ਹੈ ਪ੍ਰਾਈਮ ਨੰਬਰ ਦਾ ਸਕੇਅਰ ਰੂਟ, ਪਰ ਇਹ ਪ੍ਰਾਈਮ ਨੰਬਰ ਹੈ ਕੀ? ਤਾਂ ਆਓ ਆਪਾਂ ਪ੍ਰਾਈਮ ਕੰਪੋਜ਼ਿਟ ਨੰਬਰਸ ਬਾਰੇ ਪੜ੍ਹੀਏ, ਇਹ ਹੁੰਦੇ ਕੀ ਹੈ। ਜਿਹੜਾ ਸਾਡਾ ਨੈਚੁਰਲ ਨੰਬਰ ਦਾ ਸੈੱਟ ਹੈ, ਨੈਚੁਰਲ ਨੰਬਰਸ ਦਾ ਸੈੱਟ ਕੀ ਸੀ ਸਾਡਾ? ਕੈਪੀਟਲ ਐਨ, 1, 2, 3, 4 ਅਪ ਟੂ ਸੋ ਔਨ। ਯਾਨੀ ਕਿ ਕਾਊਂਟਿੰਗ ਨੰਬਰ ਦਾ ਜਿਹੜਾ ਅਸੀਂ ਸੈੱਟ ਬਣਾਇਆ ਸੀ, ਜਿਸ ਨੂੰ ਅਸੀਂ ਨੈਚੁਰਲ ਨੰਬਰ ਕਹਿੰਦੇ ਹਾਂ, ਕੈਪੀਟਲ ਐਨ ਦੇ ਨਾਲ ਸ਼ੋਅ ਕਰਦੇ ਹਾਂ, ਉਹਨਾਂ ਦੀ ਕਲਾਸੀਫਿਕੇਸ਼ਨ ਅੱਗੋਂ 5 ਹਿੱਸਿਆਂ 'ਚ ਵੰਡੀ ਜਾਂਦੀ ਹੈ ਜੀ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਦੇਖੋ ਜੀ, ਤੁਹਾਡੇ ਯਾਦ ਹੋਏਗਾ ਜੀ ਨੰਬਰ 2, ਨੰਬਰ 2 ਦੇ ਕਿੰਨੇ ਫੈਕਟਰ ਬਣਦੇ ਹੈ? ਹਾਂਜੀ ਆਓ ਲਿਖ ਕੇ ਦੇਖਦੇ ਹਾਂ, ਫੈਕਟਰਸ ਆਫ 2 ਸਿਰਫ 2 ਹੀ ਟੇਬਲ 'ਤੇ ਜਾਂਦੇ ਜੀ, ਜਾਂ ਤਾਂ 1 ਦੇ ਜਾਂ 2 'ਤੇ, ਹੋਰ ਕਿਸੇ 'ਤੇ ਨਹੀਂ ਜਾਂਦਾ। ਇਸੇ ਤਰ੍ਹਾਂ ਫੈਕਟਰਸ ਆਫ 3 ਦੇ ਕਿੰਨੇ ਫੈਕਟਰ ਹੈ ਜੀ? 1 ਅਤੇ 3। ਯਾਨੀ ਕਿ ਜਿਹੜੇ ਨੈਚੁਰਲ ਨੰਬਰਸ ਦੇ ਸਿਰਫ 2 ਫੈਕਟਰ ਹੋਣ, ਓਨਲੀ 2 ਫੈਕਟਰਸ, ਓਨਲੀ 2 ਫੈਕਟਰਸ, ਉਹਨਾਂ ਨੂੰ ਬੋਲਿਆ ਜਾਂਦਾ ਜੀ ਸੈੱਟ ਆਫ ਪ੍ਰਾਈਮ ਨੰਬਰਸ। ਅੱਛਾ ਜੀ, ਫੈਕਟਰ ਵੀ ਦੇਖੋ ਕਿਹੜੇ ਕਿਹੜੇ ਬਣਦੇ ਆ। ਇੱਕ ਤਾਂ ਹਮੇਸ਼ਾ 1 ਹੋਏਗਾ, ਅਤੇ ਇੱਕ ਨੰਬਰ ਖੁਦ ਬਣੇਗਾ, ਯਾਨੀ ਕਿ ਨੰਬਰ ਇਟਸੈਲਫ, ਸਿਰਫ ਆ 2 ਹੀ ਫੈਕਟਰ ਹੁੰਦੇ ਆ। ਤਾਂ ਇਸ ਕਰਕੇ ਸਾਨੂੰ ਕਿਹੜੇ ਕਿਹੜੇ ਪ੍ਰਾਈਮ ਨੰਬਰਸ ਮਿਲੇ ਜੀ? 2, 3, 5, 7 ਅਪ ਟੂ ਸੋ ਔਨ। ਹੁਣ ਇਸੇ ਤਰੀਕੇ ਨਾਲ 4 ਦੇ ਫੈਕਟਰ ਦੇਖੋ ਜੀ ਕਿਹੜੇ ਕਿਹੜੇ ਹੈ, ਫੈਕਟਰਸ ਆਫ 4, ਜਾਂ ਤਾਂ ਇਹ 1 ਦੇ ਟੇਬਲ 'ਤੇ ਜਾ ਰਿਹਾ, 2 'ਤੇ ਵੀ ਜਾ ਰਿਹਾ, 4 'ਤੇ ਵੀ ਜਾ ਰਿਹਾ। ਤਾਂ ਜਿਨ੍ਹਾਂ ਦੇ ਨੰਬਰ ਆਫ ਫੈਕਟਰਸ 2 ਤੋਂ ਵੱਧ ਜਾਣ, ਉਹ ਨੰਬਰਸ ਨੂੰ ਅਸੀਂ ਕੰਪੋਜ਼ਿਟ ਨੰਬਰ ਕਹਿੰਦੇ ਹਾਂ। ਯਾਨੀ ਕਿ ਮੋਰ ਦੈਨ 2 ਫੈਕਟਰਸ, ਯਾਦ ਰੱਖੋ ਜੇਕਰ ਸਿਰਫ 2 ਫੈਕਟਰ ਹੈ ਤਾਂ ਪ੍ਰਾਈਮ ਨੰਬਰ, ਜੇ 2 ਤੋਂ ਵੱਧ ਫੈਕਟਰ ਹੈ ਤਾਂ ਕੰਪੋਜ਼ਿਟ ਨੰਬਰ। ਅੱਛਾ ਤੁਸੀਂ ਇਗਜ਼ਾਮਪਲ ਦੇ ਸਕਦੇ ਹੋ ਕੰਪੋਜ਼ਿਟ ਨੰਬਰਾਂ ਦੀ? ਜਿਸ ਤਰ੍ਹਾਂ ਹੋ ਗਿਆ ਜੀ 4, 6, ਹਾਂਜੀ 8 ਅਪ ਟੂ ਸੋ ਔਨ, ਇਹ ਵੀ ਕੰਟੀਨਿਊਸ ਚੱਲਦੇ ਜਾਣਗੇ। ਲਓ ਜੀ, ਹੁਣ ਅਸੀਂ ਸਿਰਫ ਅਜੇ ਦੋਵਾਂ ਵਾਰੀ ਪੜ੍ਹਿਆ, ਇੱਕ ਤਾਂ ਪ੍ਰਾਈਮ ਨੰਬਰ ਕੀ ਹੁੰਦੇ ਹੈ ਅਤੇ ਇੱਕ ਕੰਪੋਜ਼ਿਟ ਨੰਬਰਸ ਕੀ ਹੁੰਦੇ ਆ ਜੀ, ਇਹ ਵੀ ਥੋੜ੍ਹਾ ਧਿਆਨ ਕਰ ਲਓ ਜੀ। ਕੰਪੋਜ਼ਿਟ ਨੰਬਰਾਂ ਦੇ ਫੈਕਟਰ ਕਿਹੜੇ ਕਿਹੜੇ? 1, ਇਟਸੈਲਫ, ਐਂਡ ਐਟ ਲੀਸਟ 1 ਮੋਰ ਫੈਕਟਰ, ਘੱਟੋ ਘੱਟ ਇੱਕ ਫੈਕਟਰ ਹੋਰ ਜ਼ਰੂਰ ਹੋਣਾ ਚਾਹੀਦਾ, ਮੋਰ ਫੈਕਟਰ। ਆ ਲਓ ਜੀ, ਇਹ ਵੀ ਹੋ ਗਿਆ ਸਾਡਾ ਕੰਪਲੀਟ। ਹੁਣ ਤੀਸਰਾ ਪ੍ਰਸ਼ਨ ਸਾਡੇ ਮਨ 'ਚ ਪੈਦਾ ਹੋਇਆ ਜੀ ਕਿ ਫਿਰ ਉਹ ਕਿਹੜਾ ਨੰਬਰ ਹੈ ਜਿਹੜਾ ਨਾ ਤਾਂ ਪ੍ਰਾਈਮ ਹੈ ਅਤੇ ਨਾ ਕੰਪੋਜ਼ਿਟ ਹੈ। ਬਿਲਕੁਲ ਸਹੀ ਪਛਾਣਿਆ ਜੀ, ਤੁਹਾਡੇ ਕੋਲ ਸਿਰਫ 1 ਹੈ ਜਿਹਦਾ ਸਿਰਫ ਇੱਕ ਫੈਕਟਰ ਹੁੰਦਾ, ਯਾਨੀ ਕਿ ਓਨਲੀ 1 ਫੈਕਟਰ। ਅਤੇ ਇਸ ਤਰ੍ਹਾਂ ਦਾ ਨੰਬਰ ਸਾਡਾ ਕਿਹੜਾ ਜੀ? ਜਸਟ 1। ਮੇਰੀ ਸਲਾਹ ਹੈ ਜੀ, ਤੁਸੀਂ ਇਸ ਨੂੰ ਯਾਦ ਰੱਖਣ ਲਈ ਕੀ ਕਰੋ ਜੀ, ਇੱਕ ਨਿਊਮੈਰਿਕ ਬਣਾਓ ਆਪਣੇ ਮਾਈਂਡ ਦੇ ਵਿੱਚ ਕਿ ਇੱਥੇ 1 ਪਾ ਕੇ ਉਹਦੇ ਉੱਤੇ ਇਸ ਤਰ੍ਹਾਂ ਕ੍ਰੋਸ ਕਰ ਦੇਣਾ, ਠੀਕ ਹੈ ਜੀ। ਉਹਦੇ ਉੱਪਰ ਤੁਹਾਡੇ ਯਾਦ ਹੋ ਜਾਏਗਾ ਜੀ ਲਿਖਿਆ ਕਿ ਨਾ ਤਾਂ ਪ੍ਰਾਈਮ ਨਾ ਕੰਪੋਜ਼ਿਟ ਹੈ, ਨੀਦਰ ਪ੍ਰਾਈਮ ਨੋਰ
ਕੰਪੋਜ਼ਿਟ। ਲਓ ਜੀ ਇਹਦੇ ਕੈਟਾਗਰੀ 'ਚ ਸਿਰਫ ਵਨ ਕਵਰ ਹੁੰਦਾ ਜੀ। ਫੋਰ ਐਗਜ਼ਾਮਪਲ ਓਨਲੀ ਵਨ। ਹਾਂਜੀ ਹੁਣ ਦੇਖੋ ਜੀ ਪ੍ਰਾਈਮ ਦਾ ਸਿਸਟਮ ਹੀ ਤੁਸੀਂ ਤਿੰਨ ਪਾਸੇ ਦੇਖ ਰਹੇ ਹੋ ਜੀ, ਪ੍ਰਾਈਮ ਨੰਬਰਸ ਦਾ, ਪ੍ਰਾਈਮ ਨੰਬਰਸ, ਕੋ ਪ੍ਰਾਈਮ ਨੰਬਰਸ, ਟਵਿਨ ਪ੍ਰਾਈਮ ਨੰਬਰਸ। ਤਾਂ ਤੁਹਾਡੇ ਮਾਈਂਡ ਦੇ ਵਿੱਚ ਪਹਿਲੀ ਗੱਲ ਇਹ ਆਏਗੀ ਕਿ ਕੋ ਪ੍ਰਾਈਮ ਅਤੇ ਟਵਿਨ ਪ੍ਰਾਈਮਸ ਇਸੇ ਪ੍ਰਾਈਮ ਨੰਬਰ ਸਿਸਟਮ ਦਾ ਪਾਰਟ ਹੈ ਜਾਂ ਨਹੀਂ। ਆਓ ਦੇਖੀਏ, ਜਿਹੜੇ ਟਵਿਨ ਪ੍ਰਾਈਮਸ ਹੈ, ਟਵਿਨ ਦਾ ਮਤਲਬ ਹੁੰਦਾ ਜੀ ਜੁੜਵਾਂ, ਇਹ ਤਾਂ ਪ੍ਰਾਈਮ ਨੰਬਰਸ ਦਾ ਹੀ ਪਾਰਟ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਸਿਰਫ ਇੱਕ ਕੰਡੀਸ਼ਨ ਹੁੰਦੀ ਹੈ ਕਿ ਡਿਫਰੈਂਸ ਆਫ ਟੂ ਪ੍ਰਾਈਮਸ ਇਜ਼ ਇਕੁਅਲ ਟੂ ਟੂ। ਜਸਟ ਇਹ ਕੰਡੀਸ਼ਨ ਹੈ ਕਿ ਜਿਹੜੇ ਦੋ ਪ੍ਰਾਈਮ ਨੰਬਰਸ ਦਾ ਡਿਫਰੈਂਸ ਟੂ ਹੋਵੇ ਉਹਨਾਂ ਨੂੰ ਬੋਲਦੀ ਹੈ ਜੀ ਟਵਿਨ ਪ੍ਰਾਈਮਸ। ਫੋਰ ਐਗਜ਼ਾਮਪਲ ਆਓ ਆਪਾਂ ਦੇਖੀਏ ਜੀ, ਚੈੱਕ ਕਰੀਏ, ਫਾਈਵ ਅਤੇ ਥ੍ਰੀ ਹੋ ਗਿਆ ਜੀ ਡਿਫਰੈਂਸ ਲਓ ਟੂ ਹੈ, ਫਾਈਵ ਅਤੇ ਸੈਵਨ ਹੋ ਗਿਆ ਜੀ ਡਿਫਰੈਂਸ ਲਓ ਟੂ ਹੈ। ਆਰਡਰ ਮੈਂ ਅੱਗੇ ਪਿੱਛੇ ਲਿਖਿਆ ਜੀ, ਕੋਈ ਫਰਕ ਨਹੀਂ ਪੈਂਦਾ। ਇਸੇ ਤਰੀਕੇ ਨਾਲ ਇਲੈਵਨ ਅਤੇ ਥਰਟੀਨ ਹੋ ਗਿਆ ਜੀ, ਕਿਉਂਕਿ ਇਹਨਾਂ ਦਾ ਡਿਫਰੈਂਸ ਟੂ ਹੈ ਤਾਂ ਇਸ ਕਰਕੇ ਇਹਨਾਂ ਨੂੰ ਬੋਲਿਆ ਜਾਂਦਾ ਜੀ ਟਵਿਨ ਪ੍ਰਾਈਮਸ। ਔਰ ਧਿਆਨ ਰੱਖੋ ਇਹ ਸਾਰੇ ਖੁਦ ਆਪਣੇ ਆਪ ਦੇ ਵਿੱਚ ਪ੍ਰਾਈਮ ਨੇ, ਫਾਈਵ ਵੀ ਪ੍ਰਾਈਮ ਹੈ, ਥ੍ਰੀ ਵੀ ਪ੍ਰਾਈਮ ਹੈ, ਸੈਵਨ ਵੀ ਪ੍ਰਾਈਮ ਹੈ, ਇਲੈਵਨ ਵੀ ਪ੍ਰਾਈਮ ਹੈ, ਬਾਕੀ ਨੰਬਰ ਤੁਸੀਂ ਖੁਦ ਇਸ ਤਰ੍ਹਾਂ ਦੇ ਪੇਅਰਸ ਆਪ ਲੱਭ ਸਕਦੇ ਹੋ। ਇਹ ਪੇਅਰ ਦੇ ਵਿੱਚ ਹੁੰਦੀ ਹੈ, ਦੋ ਦੋ ਹੁੰਦੀ ਹੈ ਜੀ ਟਵਿਨ, ਵੈਸੇ ਵੀ ਟਵਿਨ ਦਾ ਮਤਲਬ ਹੁੰਦਾ ਜੀ ਜੁੜਵਾਂ। ਲਓ ਜੀ ਹੁਣ ਲਾਸਟ 'ਤੇ ਅਸੀਂ ਕਰਨ ਲੱਗੇ ਹਾਂ ਜੀ ਕੋ ਪ੍ਰਾਈਮ ਨੰਬਰਸ। ਵਰਡ ਦੇਖੋ ਜੀ ਸੀਓ ਕੋ, ਕੋ ਦਾ ਮਤਲਬ ਹੁੰਦਾ ਜੀ ਇਕੱਠਾ, ਜਿਸ ਤਰ੍ਹਾਂ ਆਪਾਂ ਹਿੰਦੀ ਵਿੱਚ ਵਰਡ ਯੂਜ਼ ਕਰਦੇ ਹਾਂ ਕਿ ਦੋ ਬੱਚੇ ਕਹਿੰਦੇ ਆ ਅਸੀਂ ਸਹਿਪਾਠੀ ਹਾਂ, ਸਹਿਪਾਠੀ ਮਤਲਬ ਇੱਕੋ ਸੇਮ ਕਲਾਸ 'ਚ ਪੜ੍ਹਨ ਵਾਲੇ। ਤਾਂ ਕੋ ਪ੍ਰਾਈਮ ਇੱਥੋਂ ਭੁਲੇਖਾ ਪੈਂਦਾ ਕਿ ਸ਼ਾਇਦ ਜਿਹੜੇ ਦੋ ਪ੍ਰਾਈਮ ਕੰਜੈਕਟਿਵ ਹੋਣ ਕਿਤੇ ਉਹ ਤਾਂ ਨਹੀਂ ਕੋ ਪ੍ਰਾਈਮ। ਨਹੀਂ ਜੀ, ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਹੈ। ਇਹਦੀ ਡੈਫੀਨੇਸ਼ਨ ਹੈ ਜਿਹੜੇ ਦੋ ਨੰਬਰਸ ਆਪਸ ਦੇ ਵਿੱਚ ਮਿਲ ਕੇ ਪ੍ਰਾਈਮ ਵਾਂਗੂ ਬਿਹੇਵ ਕਰਨ। ਠੀਕ ਹੈ ਜੀ, ਪ੍ਰਾਈਮ ਵਾਂਗੂ ਬਿਹੇਵ ਕਰਨ ਦਾ ਇਨ ਦਾ ਸੈਂਸ ਉਹਨਾਂ ਦਾ ਐਚ ਸੀ ਐਫ ਹਾਈਐਸਟ ਕਾਮਨ ਫੈਕਟਰ ਜਸਟ ਵਨ ਹੋਣਾ ਚਾਹੀਦਾ, ਤਾਂ ਉਹਨਾਂ ਨੂੰ ਅਸੀਂ ਕੋ ਪ੍ਰਾਈਮ ਨੰਬਰ ਕਹਿੰਦੇ ਹਾਂ। ਆਓ ਜੀ ਕਿ ਇਗਜ਼ਾਮਪਲ ਲਈਏ, ਇਹਦੀ ਇੱਕੋ ਹੀ ਪਛਾਣ ਹੈਗੀ ਹੈ ਐਚ ਸੀ ਐਫ ਇਕੁਅਲ ਟੂ ਵਨ। ਕੋਈ ਵੀ ਦੋ ਨੰਬਰ ਜਿਹਨਾਂ ਦਾ ਐਚ ਸੀ ਐਫ ਵਨ ਹੋਵੇ ਉਹ ਕੋ ਪ੍ਰਾਈਮ ਨੰਬਰ ਹੁੰਦੇ ਆ। ਆਓ ਜੀ ਇਹਦੀਆਂ ਕੁਝ ਇਗਜ਼ਾਮਪਲਸ ਆਪਾਂ ਲੈਂਦੇ ਹਾਂ। ਸਭ ਤੋਂ ਪਹਿਲੀ ਇਗਜ਼ਾਮਪਲ ਲੈਂਦੇ ਹਾਂ ਆਪਾਂ ਇੱਕ ਤਾਂ ਥ੍ਰੀ ਅਤੇ ਇੱਕ ਏਟ ਦੀ। ਇੱਥੇ ਥੋੜ੍ਹਾ ਨੋਟ ਕਰੋ ਜੀ, ਇੱਥੇ ਪਹਿਲਾਂ ਫੈਕਟਰਸ ਆਫ ਥ੍ਰੀ ਵਨ ਹੈ ਅਤੇ ਥ੍ਰੀ ਹੈ, ਫੈਕਟਰਸ ਆਫ ਏਟ ਵਨ ਵੀ ਹੈ, ਟੂ ਵੀ ਹੈ, ਫੋਰ ਵੀ ਹੈ ਅਤੇ ਏਟ ਵੀ ਹੈ। ਹਾਈਐਸਟ ਕਾਮਨ ਫੈਕਟਰ ਐਚ ਸੀ ਐਫ ਕਿੰਨਾ ਹੋਏਗਾ ਜੀ ਇਹਨਾਂ ਦਾ, ਸਿਵਾਏ ਇੱਕ ਤੋਂ ਹੋਰ ਕੋਈ ਕਾਮਨ ਫੈਕਟਰ ਹੀ ਨਹੀਂ, ਤਾਂ ਐਚ ਸੀ ਐਫ ਵਨ ਹੈ। ਇਸ ਕਰਕੇ ਥ੍ਰੀ ਅਤੇ ਏਟ ਕੋ ਪ੍ਰਾਈਮ ਨੰਬਰਸ ਦੇ ਅੰਡਰ ਇਨਕਲੂਡ ਕੀਤਾ ਜਾਂਦਾ ਜੀ। ਹੁਣ ਦੂਸਰੀ ਇਗਜ਼ਾਮਪਲ ਲਓ ਜੀ, ਟੂ ਅਤੇ ਇਲੈਵਨ। ਇੱਥੇ ਨੋਟ ਕਰੋ, ਸਭ ਤੋਂ ਪਹਿਲੇ ਨੰਬਰ 'ਤੇ ਮੈਂ ਇੱਥੇ ਪ੍ਰਾਈਮ ਰੱਖਿਆ ਜੀ, ਥ੍ਰੀ ਪ੍ਰਾਈਮ ਨੰਬਰ ਹੈ, ਪਰ ਇੱਥੇ ਮੈਂ ਕੰਪੋਜ਼ਿਟ ਨੰਬਰ ਰੱਖਿਆ ਜੀ, ਯਾਨੀ ਕਿ ਕੋ ਪ੍ਰਾਈਮ ਨੰਬਰਾਂ ਦੇ ਪੇਅਰ ਦੇ ਵਿੱਚ ਦੋਨੇ ਪ੍ਰਾਈਮ ਹੋਣੇ ਕੋਈ ਜ਼ਰੂਰੀ ਨਹੀਂ, ਇੱਕ ਪ੍ਰਾਈਮ ਹੋ ਸਕਦਾ, ਇੱਕ ਕੰਪੋਜ਼ਿਟ ਹੋ ਸਕਦਾ ਹੈ। ਇਸੇ ਤਰੀਕੇ ਨਾਲ ਹੁਣ ਮੈਂ ਇਸ ਕੇਸ ਦੇ ਵਿੱਚ ਦੋਨੇ ਪ੍ਰਾਈਮ ਲਏ ਹੈ, ਟੂ ਵੀ ਪ੍ਰਾਈਮ ਹੈ ਅਤੇ ਇਲੈਵਨ ਵੀ ਪ੍ਰਾਈਮ ਹੈ। ਅਤੇ ਜੇ ਤੁਸੀਂ ਇੱਥੇ ਫੈਕਟਰ ਚੈੱਕ ਕਰੋਗੇ, ਫੈਕਟਰਸ ਆਫ ਟੂ ਵਨ ਅਤੇ ਟੂ ਹੈ, ਫੈਕਟਰਸ ਆਫ ਇਲੈਵਨ ਇਹ ਵੀ ਵਨ ਅਤੇ ਟੂ ਹੈ, ਅਤੇ ਇਹਨਾਂ ਦੋਨਾਂ ਦਾ ਐਚ ਸੀ ਐਫ ਕਿਹਦਾ ਕਿਹਦਾ ਜੀ, ਟੂ ਅਤੇ ਇਲੈਵਨ ਦਾ ਜਸਟ ਵਨ ਹੈ, ਇਸ ਕਰਕੇ ਇਹ ਕੋ ਪ੍ਰਾਈਮ ਨੰਬਰਸ ਹੈ। ਆਓ ਹੁਣ ਆਪਾਂ ਇੱਕ ਤੀਸਰੀ ਇਗਜ਼ਾਮਪਲ ਹੋਰ ਲਈਏ, ਥਰਡ ਨੰਬਰ। ਇਹ 'ਚ ਆਪਾਂ ਦੋਨੇ ਕੰਪੋਜ਼ਿਟ ਨੰਬਰ ਲੈਂਦੇ ਹਾਂ ਜੀ, ਇੱਕ ਨਾਈਨ ਰੱਖੋ ਅਤੇ ਇੱਕ ਰੱਖੋ ਜੀ ਫੋਰ। ਹੁਣ ਨੋਟ ਕਰੋ ਜੀ, ਫੈਕਟਰਸ ਆਫ ਫੋਰ ਕਿੰਨੇ ਕਿੰਨੇ ਹੈ ਜੀ, ਵਨ, ਟੂ ਅਤੇ ਫੋਰ। ਇਸੇ ਤਰੀਕੇ ਨਾਲ ਫੈਕਟਰਸ ਆਫ ਨਾਈਨ ਵਨ 'ਤੇ ਜਾਂਦਾ ਜੀ, ਨਾਈਨ ਡਿਵੀਜ਼ੀਬਲ ਹੈ, ਥ੍ਰੀ 'ਤੇ ਵੀ ਡਿਵੀਜ਼ੀਬਲ ਹੈ, ਨਾਈਨ 'ਤੇ ਵੀ ਡਿਵੀਜ਼ੀਬਲ ਹੈ। ਅਤੇ ਇਸ ਕਰਕੇ ਇਹਨਾਂ ਦਾ ਹਾਈਐਸਟ ਕਾਮਨ ਫੈਕਟਰ ਚੈੱਕ ਕਰਕੇ ਦੇਖੀਏ ਜੀ ਕਿੰਨਾ ਆ ਗਿਆ, ਨਾਈਨ ਅਤੇ ਫੋਰ ਦਾ ਸਿਰਫ ਵਨ, ਨਾਈਨ ਅਤੇ ਫੋਰ।
इस करके 9 ते 4 को प्राइम दी एग्जांपल है। हुण तुसी ध्यान दिता, मैं दोने नंबर कंपोजिट लए है, मतलब एना चो कोई भी प्राइम नहीं लिया, ते तावी इना दा HCF 1 आ रहा है। एदा मतलब को प्राइम देखन लई साडे कोले सिर्फ एक पैरामीटर है कि असी दोने नंबर्स दा HCF चेक करना, हाईएस्ट कॉमन फैक्टर। जे 1 आ गया ता को प्राइम है, जे 1 नहीं आया तो को प्राइम नहीं है। थैंक यू।